समराना में एक वर्कशॉप पर कर्मचारी को बुरी तरह पीटा गया और जान से मारने की धमकियां मिलने पर यह कर्मचारी नहर में छलांग मार गया। उसका शव दराहा नहर से मिलने पर पुलिस ने मारपीट करने वाले खिलाफ सुसाइड को मजबूर करने का केस दर्ज कर लिया है। ਅਤੇ ਹੋਰ ਸਰ ਕੋਈ ਕਾਰਵਾਈ? ਕਾਰਵਾਈ ਅੱਗੇ ਦਰਜ ਹੋ ਗਈ ਆ, ਪੋਸਟਮਾਰਟਮ ਕਰਾ ਰਹੇ ਹਾਂ ਜੀ। ਠੀਕ ਹੈ ਜੀ। ਅਤੇ ਇਹ 'ਚ ਕਿੰਨੇ ਜਣਾਂ 'ਤੇ FIR ਲਿਖਾਈ? FIR ਮੇਨ ਤਾਂ ਹੋਈ ਹੈ ਸੋਹਣ ਸਿੰਘ ਜੀ ਆ, ਬਾਕੀ ਲਿਖਿਆ ਉਹਨਾਂ ਦੀ ਫੈਕਟਰੀ ਉਹਨਾਂ ਨੇ ਹਟਾਇਆ ਨਹੀਂ ਹੈਗਾ, ਉਹਦੀ ਫੈਕਟਰੀ ਝਗੜਾ ਹੋਇਆ, ਉਹਨਾਂ ਦਾ ਜੇ ਕੋਈ ਰੋਲ ਹੋਊਗਾ ਉਹ ਦੇਖਿਆ ਜਾਊਗਾ। 22 ਤਰੀਕ ਦੀ ਗੱਲ ਆ ਸਮੇਤ ਦੀ, ਲੜਾਈ ਹੋਈ ਸੀ ਕਿਹਦੇ ਨਾਲ? ਲੜਾਈ ਕਿਹਦੇ ਨਾਲ ਹੋਈ ਸੀ? ਉੱਥੇ ਉਹਨਾਂ ਦਾ ਵਰਕਰ ਜਿਹਾ ਕੰਮ ਕਰਦਾ ਮੈਂ ਉੱਥੇ। ਕਿਸ ਗੱਲ ਤੇ ਗੱਲ ਲੜਾਈ ਹੋਈ ਸੀ? ਲੜਾਈ ਕੁਝ ਵੀ ਨਹੀਂ, ਉਹਨਾਂ ਨੇ ਆਪਣੇ ਫਰੈਂਡ ਗਰੰਟ ਦੇ ਤੌਰ ਤੇ ਨਾਲ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਦੱਸਦੇ ਸੀਗੇ ਵੀ ਜੇ ਆਪਣਾ ਮੁੰਡਾ ਲਵਾਉਣਾ ਜਾਂ ਭਤੀਜਾ ਭਾਣਜਾ ਲਵਾਉਣਾ ਉਹ ਦੱਸਦੇ ਸੀਗੇ। ਹੁਣ ਬਾਕੀ ਤਾਂ ਉਹਨਾਂ ਨੇ ਦੱਸਿਆ ਜੀ ਆ ਗਏ ਵੀ ਉਹ ਬੰਦੇ ਆਪ ਨੇ ਉਹਨਾਂ ਦਾ ਫਾਦਰ ਸਾਹਿਬ ਦੇ ਮੁੰਡੇ ਦਾ ਲੈ ਕੇ ਆਪ ਗਏ ਨੇ, ਸਾਰਾ ਉਹਨਾਂ ਨੇ ਕਾਰਵਾਈ ਆਪ ਹੀ ਕਰੀ, ਆਪ ਹੀ ਪੈਸੇ ਭਰੇ ਨੇ। ਤੁਸੀਂ ਉਸ ਦਿਨ ਦੇ ਦਿਖਾ ਦਿਓ ਕਿਸੇ ਥਾਣੇ ਅਤੇ ਹੁਣ ਕੀ ਪਤਾ ਲੱਗ ਕੀ ਗੱਲ ਹੋਈ ਹੈ? ਇਹ ਕੀ ਗੱਲ ਹੋਈ ਸੀ ਉਹਦੇ ਜਦੋਂ ਕੁੱਤੇ ਉਹਨਾਂ ਨੇ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ? ਅੱਛਾ। ਇਹਨਾਂ ਨੇ HSO ਸਾਹਮਣੇ ਇੰਨਾ ਕਹਿਤਾ ਸੀਗਾ ਵੀ ਉਹ ਮੁਰਜਾ ਫੜ ਕੇ ਲਿਆਓ ਜੀ, ਇਹਨਾਂ ਨਾਲ ਲੜਾਈ ਹੋਈ ਸੀ, ਉਹ ਫੜ ਕੇ ਲਿਆ ਜੀ, ਇਹਨਾਂ ਨੇ ਅੰਦਰ ਰੱਖਿਆ ਲਿਆ ਕੇ ਫਿਰ ਛੱਡਤਾ ਜੀ। खन्ना से तहलके लेंस के लिए तार सिंह की रिपोर्ट। अगर आपको हमारी वीडियो पसंद आई तो आप हमें सब्सक्राइब भी कर सकते हैं। हमारे चैनल का नाम है तहलका हेडलाइन न्यूज और आप हमें फीडबैक भी दे सकते हैं। हमारी मेल आईडी है telkaheadlines.in@gmail.com। अब आप हमें फेसबुक और ट्विटर पर भी लाइक कर सकते हैं।